ਜਿਹੜਾ ਹੈਗਾ ਲੱਕੜੀ ਦਾ ਬਰਤਨ ਇਸ ਵਾਸਤੇ ਬਣਾਇਆ ਜਾਂਦਾ ਹੈਗਾ ਕਿ ਇਹ ਜਿਹੜੇ ਚਿਕਰ ਚਨੇ ਹੁੰਦੇ ਨੇ ਇਹਦੇ ਵਿੱਚ ਨਾ ਤੇ ਘਿਓ ਪੈਂਦਾ ਨਾ ਇਹਦੇ ਥੱਲੇ ਅੱਗ ਬਲਦੀ ਹੈ ਇਹ ਚਲੇ ਜਿਹੜੇ ਗਨੇ ਜਿਸਲੇ ਪਕਾ ਕੇ ਇਹਦੇ ਵਿੱਚ ਪਲਤਦੇ ਨੇ ਇਹਦੇ ਚਨੇ ਪਤਲੇ ਹੁੰਦੇ ਰਹੇ ਉਹ ਚਨੇ ਦਾ ਪਾਣੀ ਲੱਕੜੀ ਖਿੱਚ ਲੈਂਦੀ ਹੈ ਤੇ ਉਹਦੇ ਬਾਅਦ ਇਹ ਠੰਡਾ ਹੋ ਜਾਂਦਾ ਚਨੇ ਆ ਦੇ ਪਾਣੀ ਨਾਲ ਉਹਦੀ ਵਜ੍ਹਾ ਨਾਲ ਉਹ ਚਨੇ ਜਿਹੜੇ ਗਨੇ 8-10 ਘੰਟੇ ਖਰਾਬ ਨਹੀਂ ਹੁੰਦੇ ਇਸ ਦੇ ਉੱਤੇ ਮੇਰੀ ਕੋਈ 6000 ਰੁਪਏ ਲਗਤ ਆਂਦੀ ਏ ਪਰ ਮੈਂ ਸਟੀਲ ਦੀਆਂ ਪੱਤਰੀਆਂ ਛੱਤੀਆਂ ਲੱਗ ਕੇ ਉੱਤੇ ਫਟਾ ਵੀ ਹੁੰਦਾ ਹੈ ਤੇ ਇਹ ਨ 9000 ਰੁਪਏ ਦਾ ਵੇਚਣਾ 2 ਦਿਨਾਂ ਦੇ ਚਿਰ ਤਿਆਰ ਹੁੰਦਾ 3000 ਰੁਪਏ ਮੈਨੂੰ ਮਜ਼ਦੂਰੀ ਬੱਤੇ ਕਿਸੇ ਹੋਰ ਲੱਕੜੀ ਦਾ ਨਹੀਂ ਬੰਦਦਾ ਸਿਰਫ ਸ਼ੀਸ਼ਮ 43 ਦੀ ਲੱਕੜ ਦਾ ਬੰਦਦਾ ਕਿਉਂਕਿ ਇਹ ਲੱਕੜੀ ਭਿੱਜਣ ਤੋਂ ਬਾਅਦ ਜਿਸ ਵਲੇ ਸੁੱਕਦੀ ਏ ਤੇ ਫਟਦੀ ਨਹੀਂ ਕਿਸੇ ਹੋਰ ਲੱਕੜੀ ਦਾ ਬਣੇਗਾ ਤੇ ਉਹ ਲੱਕੜੀ ਫਟ ਜਾਏਗੀ ਤੇ ਨਾਲੇ ਹੋਰ ਕਿਸੇ ਲੱਕੜੀ ਦਾ ਬਣੇਗਾ ਉਹਦੇ ਚਨੇ ਕੌੜੇ ਹੋ ਜਾਂਦੇ ਰਹਿਣ अस्सलाम वालेकुम मैं हूं आपका होस्ट आतिफ मलिक नाजरीन आपने चिकर चने तो जरूर खाए होंगे लेकिन आपको क्या पता है कि जब चिकर चने तैयार हो जाते हैं तो उनको एक लकड़ी के बने बर्तन में रख कर फ्रोक किए जाते हैं जिसे कोठरा कहते हैं इस लकड़ी के बर्तन में रखने की क्या हमत है तो आइए जानते हैं एक बुजुर्ग शहरी से जो कि पिछले छप्पन सालों से ये बर्तन तैयार कर रहे हैं तो आइए उनसे जानते हैं कि वो इस बारे में क्या कहते हैं वालेकुम जी ਰਿਕੀ ਹਾਲ ਜੇ ਤਾਂ ਇਹ ਠੀਕ ਹੈ ਅੱਲਾ ਦਾ ਬڑا ਕਰਮ ਹੈ ਅਚਾ ਜੀ 56 ਸਾਲ ਹੋ ਗਏ ਨੇ ਤੁਹਾਨੂੰ ਇਸ ਕੰਮ ਦੇ ਵਿੱਚ ਤਾਂ ਸਾਰਾਂ ਤੋਂ ਪਹਿਲੇ ਆ ਦੱਸੋ ਕਿ ਚਿਕਰ ਚਨੇ ਜਿੱਦੋਂ ਬਣਾਏ ਜਾਂਦੇ ਨੇ ਉਹਨਾਂ ਨੂੰ ਲੱਕੜੀ ਦੇ ਬਰਤਨ ਵਿੱਚ ਕਿਉਂ ਰੱਖਿਆ ਜਾਂਦਾ ਹੈ ਜਿਹਨੂੰ ਕੋਠਰਾ ਕਹਿੰਦੇ ਨੇ ਇਹ ਕੋਠਰਾ ਜਿਹੜਾ ਹੈਗਾ ਲੱਕੜੀ ਦਾ ਬਰਤਨ ਇਸ ਵਾਸਤੇ ਬਣਾਇਆ ਜਾਂਦਾ ਹੈਗਾ ਕਿ ਇਹ ਜਿਹੜੇ ਚਿਕਰ ਚਨੇ ਹੁੰਦੇ ਨੇ ਇਹਦੇ ਵਿੱਚ ਨਾ ਤੇ ਘਿਓ ਪੈਂਦਾ ਨਾ ਇਹਦੇ ਥੱਲੇ ਅੱਗ ਬਲਦੀ ਹੈ ਇਹ ਚਨੇ ਜਿਹੜੇ ਕਹਿੰਦੇ ਜਿਸਲੇ ਪਕਾ ਕੇ ਇਹਦੇ ਵਿੱਚ ਪਲਤਦੇ ਨੇ ਤੇ ਚਨੇ ਪਤਲੇ ਹੁੰਦੇ ਰਹੇ ਉਹ ਚਨੇਆਂ ਦਾ ਪਾਣੀ ਲੱਕੜੀ ਖਿੱਚ ਲੈਂਦੀ ਏ ਤੇ ਉਹਦੇ ਬਾਅਦ ਇਹ ਠੰਡਾ ਹੋ ਜਾਂਦਾ ਚਨੇਆਂ ਦੇ ਪਾਣੀ ਨਾਲ ਉਹਦੀ ਵਜ੍ਹਾ ਨਾਲ ਉਹ ਚਨੇ ਜਿਹੜੇ ਕਿਨੇ 8-10 ਘੰਟੇ ਖਰਾਬ ਨਹੀਂ ਹੁੰਦੇ ਇਹ ਲਾਹੌਰ ਦੀ ਸੁਗਾਤ ਹੈਗੀ ਏ ਇਹ ਚਨੇਆਂ ਦੇ ਸਿਰਫ ਪਾਣੀ ਦੇ ਵਿੱਚ ਪਕਦੇ ਨੇ ਤੇ ਨਮਕ ਮਿਰਚ ਮਸਾਲਿਆਂ ਦਾ ਸਵਾਦ ਆਉਂਦਾ ਇਹਦੇ ਵਿੱਚ ਕਿਉਂ ਨਹੀਂ ਪੈਂਦਾ ਇਹਦੇ ਥੱਲੇ ਅੱਗ ਨਹੀਂ ਬਲਦੀ ਤੇ ਸਿਰਫ ਇਹ ਠੰਡਾ ਹੋਣ ਦੀ ਵਜ੍ਹਾ ਨਾਲ 8-10 ਘੰਟੇ ਚਨੇ ਘੱਟਦੇ ਨੇ ਆ ਲੇਕਿਨ ਅੰਦਰ ਥੱਲੇ ਅੱਗ ਵੀ ਨਹੀਂ ਬਲ ਸਕਦੀ ਦੂਸਰੇ ਚਨੇ ਜਿਹੜੇ ਹੈਗੇ ਨੇ ਸਟੀਲ ਦੇ ਬਰਤਨ ਵਿੱਚ ਰੱਖੇ ਜਾਂਦੇ ਨੇ ਜਿਨ੍ਹਾਂ ਨੂੰ ਅੱਗ ਵਗਾਰਾ ਵੀ ਲਾਈ ਜਾਏ ਲੇਕਿਨ ਉਹਨਾਂ ਦੇ ਵਿੱਚ ਕਿਉਂ ਨਹੀਂ ਰੱਖੇ ਜਾਂਦੇ ਗੱਲ ਇਹ ਹੈਗੀ ਕਿ ਉਹ ਸਟੀਲ ਦੇ ਬਰਤਨ ਦੇ ਵਿੱਚ ਇਹਨਾਂ ਚਨਿਆਂ ਦਾ ਜ਼ਾਇਕਾ ਨਹੀਂ ਬਣਦਾ ਉਹ ਸ਼ੋਰਬੇ ਵਾਲੇ ਹੁੰਦੇ ਨੇ ਉਹਦੇ ਹੀ ਘਿਓ ਪੈਂਦਾ ਉਹਦੇ ਥੱਲੇ ਅੱਗ ਬਲਦੀ ਏ ਉਹ ਗਰਮ ਰਹਿਣ ਤੇ ਉਹ ਚਨੇ ਖਾ ਜਾਂਦੇ ਨੇ ਇਹ ਹੈਗਾ ਠੰਡਾ ਸੌਦਾ ਇਹ ਲਾਹੌਰ ਦੀ ਸੁਗਾਤ ਹੈਗੀ ਏ ਇਹ ਲੱਕੜ ਦੇ ਟੱਪ ਦੇ ਵਿੱਚ ਕਾਠੜੇ ਦੇ ਵਿੱਚ ਇਹ ਚਨਿਆਂ ਦਾ ਜ਼ਾਇਕਾ ਵੀ ਬਣਦਾ ਇਹ 8-10 ਘੰਟੇ ਖਰਾਬ ਵੀ ਨਹੀਂ ਹੁੰਦੇ ਕਿਚਾ 56 ਸਾਲਾਂ ਤੋਂ ਇਹ ਹੀ ਚੀਜ਼ ਤੁਸੀਂ ਪ੍ਰੋਪਰ ਮੁਸਲਸਲ ਤਿਆਰ ਕਰਦੇ ਆਏ ਹੋ ਲੱਕੜੀ ਦੇ ਕੰਮ ਦੇ 56 ਸਾਲ ਤੋਂ ਹੋਏਗਾ ਨਾ ਲੇਕਿਨ ਇਹ ਮੇਰੀ ਖਾਸ ਆਈਟਮ ਹੈ ਜਿਹੜੇ ਮੇਰੇ ਕੋਲ ਆਰਡਰ ਆਉਂਦੇ ਨੇ ਮੈਂ ਬਰਾਈ ਜਾਂਦਾ ਇਸ ਦੇ ਉੱਤੇ ਮੇਰੀ ਕੋਈ 6000 ਰੁਪਏ ਲਗਤ ਆਉਂਦੀ ਹੈ ਪਰ ਮੈਂ ਸਟੀਲ ਦੀਆਂ ਪੱਤਰੀਆਂ ਛੇਤਰੀਆਂ ਲੱਗ ਕੇ ਉੱਤੇ ਫਟਾ ਵੀ ਹੁੰਦਾ ਹੈ ਤੇ ਇਹ ਨ 9000 ਰੁਪਿਆ ਦਾ ਵੇਚਣਾ 2 ਦਿਨਾਂ ਦੇ ਚਿਰ ਤਿਆਰ ਹੁੰਦਾ 3000 ਰੁਪਏ ਮੈਨੂੰ ਮਜ਼ਦੂਰੀ ਬੱਝੀ ਇਹ ਖਾਸ ਲੱਕੜੀ ਹੁੰਦੀ ਹੈ ਜਿੰਦੀ ਵਜ੍ਹਾ ਜਿਹੜੀ ਲੱਕੜੀ ਨਾਲ ਤਿਆਰ ਹੁੰਦਾ ਕਿ ਕੋਈ ਵੀ ਲੱਕੜੀ ਹੋ ਜਾਏ ਉਹਦੇ ਨਾਲ ਕਿਸੇ ਹੋਰ ਲੱਕੜੀ ਦਾ ਨਹੀਂ ਬੰਦਾ ਸਿਰਫ ਸ਼ੀਸ਼ਮ ਤਾਲੀ ਦੀ ਲੱਕੜ ਦਾ ਬੰਦਾ ਹੈ ਕਿਉਂਕਿ ਇਹ ਲੱਕੜੀ ਭਿੱਜਣ ਤੋਂ ਬਾਅਦ ਜਿਸ ਵੇਲੇ ਸੁੱਕਦੀ ਹੈ ਇਹ ਫਟਦੀ ਨਹੀਂ ਕਿਸੇ ਹੋਰ ਲੱਕੜੀ ਦਾ ਬਨੇਗਾ ਤੇ ਉਹ ਲੱਕੜੀ ਫਟ ਜਾਏਗੀ ਤੇ ਨਾਲੇ ਹੋਰ ਕਿਸੇ ਲੱਕੜੀ ਦਾ ਬਨੇਗਾ ਉਹਦੇ ਚਨੇ ਕੌੜੇ ਹੋ ਜਾਂਦੇ ਨੇ ਇਹਦੇ ਚ ਇਹਦਾ ਜ਼ਾਇਕਾ ਬੰਦਾ ਚਨੇ ਦਾ ਇਸ ਵਾਸਤੇ ਇਸੇ ਲੱਕੜੀ ਦਾ ਬੰਦਾ ਹੋਰ ਕਿਸੇ ਲੱਕੜੀ ਦਾ ਬੰਦਾ ਤੁਹਾਡੀ ਕਿੰਨੀ ਲਾਗਤ ਇਸ ਚੀਜ਼ ਤੇ ਆਂਦੀ ਏ ਤਿਆਰ ਤਿਆਰੀ ਤੇ ਤੇ ਕਿੰਨੇ ਦੇ ਵਿੱਚ ਯਾਨੀ ਕਿ ਤੁਸੀਂ ਫਰੋਕ ਤੱਕੇ ਕਰਦੇ ਹੈਗੇ ਹੋ ਕਸਟਮਰ ਨੂੰ ਅੱਗੇ ਇਹ ਮੇਰੇ ਕੋਲ ਆਰਡਰ ਆਂਦਾ ਤੇ ਮੈਂ ਬਣਾਣਾ ਬਗੈਰ ਆਰਡਰ ਕਿੰਨੀ ਲਾਗਤ ਆ ਜਾਂਦੀ ਹੈ ਤੁਹਾਨੂੰ ਕਿੰਨੀ ਪੈਂਦੀ ਹੈ ਮੈਂ ਦੱਸ ਰਿਹਾ ਕਿ ਤਕਰੀਬਨ 6000 ਰੁਪਏ ਮੇਰੀ ਲਾਗਤ ਆਂਦੀ ਹੈ ਤੇ ਇਹ 2 ਦਿਨਾਂ ਦੇ ਬੰਦਿਆ ਮੇਰੇ ਕੋਲ 6000 ਰੁਪਏ ਬਚ ਜਾਂਦੇ ਨੇ 3000 ਰੁਪਏ ਮੇਰੀ 2 ਦਿਨਾਂ ਦੀ ਮਜ਼ਦੂਰੀ ਬਚ ਦਿਨਾਂ ਦੇ ਵਿੱਚ ਖੁਦ ਹੀ ਤਿਆਰ ਕਰਦੇ ਹੈਗੇ ਜੇ ਕਿ ਕੋਈ ਯਾਨੀ ਕਿ ਹੈਲਪਰ ਵਗੈਰਾ ਹੁੰਦਾ ਨਾਲ ਹਾਂਜੀ ਨਾਲ ਕੋਈ ਹੈਲਪਰ ਵਗੈਰਾ ਹੁੰਦਾ ਕਿ ਖੁਦ ਹੀ ਆ ਤਿਆਰ ਕਰਦੇ ਜੇ ਕਾਠ ਰਾ ਕਰਨੇ ਮਸ਼ੀਨਾ ਮੇਰੇ ਹੱਲ ਪਰਨੇ ਮਸ਼ੀਨਾ ਦੇ ਸਿਰ ਤੇ ਨਾ ਚੱਲ ਰਿਹਾ ਤੇ 78 ਸਾਲ ਮੇਰੀ ਉਮਰ ਹੋ ਗਈ 56 ਸਾਲ ਤੋਂ ਮੈਂ ਕੰਮ ਕਰ ਰਿਹਾ ਐਸ ਉਮਰ ਦਾ ਹੀ ਦਸਤੇ ਕੰਮ ਨਹੀਂ ਹੋ ਸਕਦਾ ਤੇ ਮਸ਼ੀਨਾ ਮੈਨੂੰ ਵਿਚਾਰ ਰਹੀ ਜਿਹੜਾ ਮੈਂ 2 ਦਿਨਾਂ ਦੇ ਵਿੱਚ ਬਣਾ ਲੈਂਦਾ ਅਚਾਂ ਅੰਦਰੂਨ ਸ਼ਹਿਰ ਦੇ ਵਿੱਚ ਤੁਹਾਡਾ ਤੁਹਾਡੀ ਦੁਕਾਨ ਹੈਗੀ ਹੈ ਤੁਹਾਡਾ ਅੱਡਾ ਹੈਗਾ ਤੇ 56 ਸਾਲ ਤੁਸੀਂ ਐਸੇ ਕੰਮ ਨੂੰ ਦੇ ਦਿੱਤੇ ਕਦੀ ਦੁੱਖ ਨਹੀਂ ਲੱਗਦਾ ਕਿ 56 ਸਾਲ ਇੱਕੋ ਹੀ ਕੰਮ ਨੂੰ ਤੁਸੀਂ ਦੇ ਦਿੱਤਾ ਮੁਸਲਸਲ ਜਿਹੜਾ ਹੁਣ ਵੀ ਤੁਸੀਂ ਦੇ ਰਹੇ ਹੋ ਜ਼ਿੰਦਗੀ ਦਾ ਇੱਕ ਹਿੱਸਾ ਹੁੰਦਾ ਉਹ ਤੇ ਬਿਲਕੁਲ ਜ਼ਿੰਦਗੀ ਦਾ ਹਿੱਸਾ ਹੈਗਾ ਲੇਕਿਨ ਇਹ ਹੈਗਾ ਕਿ ਮੇਰੀਆਂ ਮੁxtਲਫ ਹਾਟਮਾਂ ਨੇ ਇਹ ਹੈਗਾ ਗਰਮੀਆਂ ਦਾ ਸੀਜ਼ਨ ਗਰਮੀਆਂ ਦੇ ਜੇ ਕੰਮ ਮੇਰੇ ਕੋਲ ਆਰਡਰ ਜ਼ਿਆਦਾ ਆਉਂਦੇ ਨੇ ਉਹ ਮੈਂ ਫਿਰ ਜਿਸ ਤਰ੍ਹਾਂ ਜਿਸ ਤਰ੍ਹਾਂ ਬੰਦੇ ਨੇ ਮੈਂ ਬਣਾਈ ਜਾਂਦਾ ਮੇਰੇ ਕੋਲ ਹੋਰ ਲੱਕੜੀ ਦੀਆਂ ਆਟਮਾਂ ਬੰਦੀਆਂ ਸਟੂਲ ਬੈਂਚ ਮੇਜ਼ਾਂ ਕੁਰਸੀ ਤੇ ਫ੍ਰੀਜ ਡਿਚੌਂਕੀਆਂ ਤਾਂ مختلف ਲੱਕੜੀਆਂ ਐਟਮਾਨ ਜਿਹੜੀਆਂ 12 ਮਹੀਨੇ ਮੇਰੀਆਂ ਚੱਲਦੀਆਂ ਰਹਿੰਦੀਆਂ ਨੇ ਇਹ ਆਮੂਮੀ ਤੌਰ ਤੇ ਇਹ 1 ਮਹੀਨੇ ਵਿੱਚ ਕਿੰਨੇ ਕੋ ਤਿਆਰ ਹੋ ਜਾਂਦੇ ਨੇ ਕਿਉਂਕਿ ਆਰਡਰ ਅੱਜ ਦੇ ਦੌਰ ਦੇ ਵਿੱਚ ਤੇ ਹਰ ਕਿਸੇ ਨੇ ਨਹੀਂ ਨਾ ਲਾਇਆ ਹੁੰਦਾ ਕੋਈ ਨਾ ਕੋਈ ਇੱਕ ਅਦਾ ਹੀ ਬੰਦਾ ਹੁੰਦਾ ਜਿਹੜਾ ਚਿਕਰ ਚਨੇ ਵੇਚਦਾ ਫਰੋਕਤ ਕਰਦਾ ਤੇ ਕਿੰਨੇ ਕੋ ਯਾਨੀ ਕਿ ਤੁਸੀਂ ਵੇਚ ਲੈਂਦੇ ਜੇ 1 ਮਹੀਨੇ ਵਿੱਚ ਇਹਨੇ ਮਹੀਨੇ ਦੇ ਕੋ 3-4 ਬਣ ਜੀ ਬਣ ਹੀ ਜਾਂਦੇ ਨੇ 1 ਮਹੀਨੇ ਵਿੱਚ 3-4 ਬਣ ਜਾਂਦੇ ਨੇ ਮੇਰੇ ਹੋਰ ਕੰਮ ਨੇ ਕਿਹਾ ਨਾ ਮੈਂ ਹੋਰ ਕੰਮ ਕਰਦਾ ਰਹਿਣਾ ਕੋਈ ਮੈਸੇਜ ਦੇਣਾ ਚਾਹੋ ਸੱਚ ਬਾਸੇ ਇੱਕ ਢਾਗਾ ਚਿੱਕੜ ਸਨੇ ਖਾਈ ਜਾਓ ਜਾਨ ਭਰਾਈ ਜਾਓ ਇਹ ਲਾਹੌਰ ਦੀ ਸੁਗਾਤ ਕਾਠਰੇ ਬਣਾਈ ਜਾਓ ਮੈਂ ਤਾਂ ਕਾਠਰੇ ਹੀ ਬਣਾ ਲੰਨੇ ਅੱਗੇ ਚਨੇ ਵਾਲਿਆਂ ਦਾ ਹੈਗਾ ਮਸਲਾ ਉਹ ਜੋ ਵੀ ਸਵਾਕਾ ਦੇਣਗੇ ਇੱਥੇ ਮੇਰੇ ਕੋਲ ਚੂਨਾ ਮੰਡੀ ਤੋਂ ਇੱਕ ਕਾਠਰੇ ਬਣਵਾਣ ਆਸੇ ਆਂਦਾ ਸੀ ਉਹ ਇਹ ਦੱਸਦਾ ਹੈਗਾ ਕਿ ਮੇਰੇ ਕੋਲ ਗੁਲਬਰਗ ਤੋਂ ਲੋਗ ਚਨੇ ਖਾਣ ਆਸੇ ਆਂਦੇ ਨੇ ਪਤਾ ਨਹੀਂ ਉਹਦੇ ਚਨੇ ਦੇ ਕੀ ਸਵਾਕਾ ਹੈਗਾ ਸੀ ਕਹਿੰਦਾ ਗੱਡੇ ਤੇ ਬੈਠ ਕੇ ਆਂਦੇ ਨੇ ਉਹ ਨਾਨ ਨਹੀਂ ਖਾਂਦੇ ਚਮਚੀ ਨਾਲ ਖਾਂਦੇ ਨੇ बसे चस्का। चस्का है और कुछ नहीं। जी नाजरीन जिस तरह आपने बुजुर्ग शायरी का मौका सुना कि पिछले छप्पन सालों से वो अपनी खिदमत सर अंजाम दे रहे हैं और एक लकड़ी का बर्तन बना रहे हैं तो उम्मीद करता हूं कि ये वीडियो आपके लिए इन्फॉर्मेटिव साबित हुई होगी इसी के साथ अपने होस्ट आतिम अली को इजाजत दीजिए मिलते नए प्रोग्राम में एक नई स्टोरी के साथ तब तक के लिए अलग